ਸਾਤਿਗਰਾਲ ਮੈਂ ਹਮਿਤ ਵਰਦੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲ ਦਾ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਅਸੀਂ ਇੱਕ ਨਵੀਂ ਸਮੱਸਿਆ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਜੇ ਸਮੱਸਿਆ ਦੀ ਅੱਜ ਕਲਾਂ ਕਰਾਂਗੇ ਉਹ ਸਿਰਫ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਸਮੱਸਿਆ ਬਣ ਗਈ ਹੈ ਮੀਡੀਆ ਦੇ ਆਜ਼ਾਦੀ ਤੇ ਹਮਲਾ ਹਰ ਥਾਂ ਥਾਂ ਤੇ ਮੀਡੀਆ ਦੀ ਆਜ਼ਾਦੀ ਤੇ ਹਮਲੇ ਹੋ ਰਹੇ ਨੇ ਆਮ ਲੋਕਾਂ ਨੂੰ ਤਾਂ ਬੋਲਣ ਦੀ ਆਜ਼ਾਦੀ ਪਹਿਲਾਂ ਹੀ ਨਹੀਂ ਸੀ ਪਰ ਮੀਡੀਆ ਜਿਹਨੂੰ ਚੌਥਾ ਖੰਭਾ ਕਿਹਾ ਜਾਂਦਾ ਹੈ ਉਹਦੇ ਉੱਪਰ ਵੀ ਜਿਹੜੇ ਅੱਜ ਹਮਲੇ ਹੋਣ ਲੱਗੇ ਨੇ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਪਿੱਛੇ ਇਹ ਆਮ ਲੋਕ ਨਹੀਂ ਨੇ ਬਲਕਿ ਇਹ ਪੱਤਰਕਾਰ ਨੇ ਇਹ ਮੀਡੀਆ ਦੀ ਆਵਾਜ਼ ਨੇ ਜਿਹਨੂੰ ਕਿਤੇ ਨਾ ਕਿਤੇ ਅੱਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਪਣੇ ਉੱਪਰ ਇਹ ਜਿਹੜਾ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਦੇ ਲਈ ਅੱਜ ਦੇਸ਼ ਭਰ ਦੇ ਵਿੱਚ ਮੀਡੀਆ ਦੇ ਵੱਲੋਂ ਜਿਹੜਾ ਜਰਨਲਿਸਟ ਦੇ ਵੱਲੋਂ ਜਿਹੜਾ ਥਾਂ ਥਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਤਰ ਤੁਸੀਂ ਦੇਖ ਸਕਦੇ ਹੋ ਪੋਸਟਰ ਫੜੇ ਹੋਏ ਨੇ ਪੱਤਰਕਾਰ ਇਕਤਾ ਜ਼ਿੰਦਾਬਾਦ ਤੋਂ ਲੈ ਕੇ ਪੱਤਰਕਾਰਾਂ ਤੇ ਹਮਲੇ ਬੰਦ ਕਰੋ ਮੀਡੀਆ ਦਾ ਆਜ਼ਾਦੀ ਤੇ ਹਮਲੇ ਬੰਦ ਕਰੋ ਪੱਤਰਕਾਰਾਂ ਦੀ ਸੁਰੱਖਿਆ ਦੇ ਲਈ ਐਕਟ ਬਣਾਓ ਕਿਉਂਕਿ ਬਹੁਤ ਜ਼ਰੂਰੀ ਹੋ ਗਿਆ ਹੈ ਅੱਜ ਪੱਤਰਕਾਰ ਜਿਹੜਾ ਵੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਜਾਂ ਫਿਰ ਸਰਕਾਰਾਂ ਦੇ ਖਿਲਾਫ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਿਹੜਾ ਆਵਾਜ਼ ਚੁੱਕਦਾ ਹੈ ਤੇ ਉਹਦੀ ਆਵਾਜ਼ ਦਬਾਉਣ ਦੇ ਲਈ ਕੀ ਕੀ ਕੀਤਾ ਜਾਂਦਾ ਹੈ ਕਤਲ ਤੱਕ ਕਰ ਦਿੱਤਾ ਜਾਂਦਾ ਹੈ ਇਹ ਸਾਰੇ ਲੋਕ ਜਿਹੜਾ ਉਹ ਪੱਲੀਪਾਂਤ ਜਾਨੂ ਨੇ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਮੁੱਖ ਅਜੰਡਾ ਜਿਹੜਾ ਹੈ ਉਹ ਕੀ ਹੈ ਇਸ ਪ੍ਰੋਟੈਸਟ ਦਾ ਸਤਿ ਸ਼੍ਰੀ ਅਕ ਬਲਵਿੰਦਰ ਸਿੰਘ ਜੰਮੂ ਜੀ ਬਲਵਿੰਦਰ ਸਿੰਘ ਜੀ ਅੱਜ ਜਿਹੜਾ ਇਹ ਉਹ ਹਾਰ ਕੇ ਤੁਹਾਨੂੰ ਇੱਥੇ ਇਕੱਠੇ ਹੋਣਾ ਪੈ ਗਿਆ ਏ ਜਿਹੜੀ ਮਜਬੂਰੀ ਕੀ ਸੀ ਮਜਬੂਰੀ ਇਹ ਦੇਸ਼ ਦੇ ਵਿੱਚ ਮੀਡੀਆ ਦੀ ਆਜ਼ਾਦੀ ਉੱਪਰ ਹਮਲੇ ਹੋ ਰਹੇ ਆ ਉਹਦਾ ਵਿਰੋਧ ਕਰਨ ਲਈ ਅਸੀਂ ਇੱਥੇ ਅੱਜ ਇਕੱਠੇ ਹੋਏ ਆ ਇਸ ਦੀ ਕਾਲ ਜਿਹੜੀ ਇਸ ਦਾ ਸੱਦਾ ਜਿਹੜਾ ਇੰਡੀਅਨ ਜਰਨਲਿਸਟ ਯੂਨੀਅਨ ਨੇ ਦਿੱਤਾ ਸੀਗਾ ਤੇ ਉਸ ਦੇ ਨਾਲ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਉਹ ਅਫੀਲੀਏਟਡ ਹੈ ਤੇ ਉਸ ਦੇ ਹਿੱਸੇ ਵਜੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਅੱਜ ਇੱਥੇ ਪ੍ਰੋਟੈਸਟ ਕਰਨ ਦਾ ਸੱਦਾ ਦਿੱਤਾ ਸੀ ਤਾਂ ਉਹ ਸੱਦੇ ਤੇ ਅਸੀਂ ਸਾਰੇ ਜਿਹੜੇ ਆ ਪੱਤਰਕਾਰ ਇੱਥੇ ਇਕੱਠੇ ਹੋਏ ਆ ਵੀ ਮੀਡੀਆ ਦੀ ਆਜ਼ਾਦੀ ਦੇ ਉੱਪਰ ਹਮਲੇ ਬੰਦ ਕੀਤੇ ਜਾਣ ਪਿਛਲੇ ਸਮੇਂ ਦੇ ਵਿੱਚ ਵਿੱਚ ਕੁਝ 채ਨਲਾਂ ਦੇ ਉੱਪਰ ਇਹ ਹੋਇਆ ਵੀ ਜਿਹੜੇ ਕ੍ਰਿਟੀਕਲ ਰਿਪੋਰਟਾਂ ਪੇਸ਼ ਸਰਕਾਰ ਦੇ ਖਿਲਾਫ ਕਰਦੇ ਸੀ ਉਹਨਾਂ ਪੱਤਰਕਾਰਾਂ ਦੀਆਂ ਜਿਹੜੀਆਂ ਉਹਨਾਂ ਨੂੰ ਉੱਥੋਂ ਜਾਣਾ ਪਿਆ ਇਹ ਇੱਕ ਮਾੜਾ ਟ੍ਰੈਂਡ ਹੈ ਸਾਡੇ ਦੇਸ਼ ਦੇ ਵਿੱਚ ਸ਼ੁਰੂ ਹੋਇਆ ਹੈ ਇਹ ਦਾਅਵੇ ਕੀਤੇ ਜਾ ਰਹੇ ਵੀ ਪੱਤਰਕਾਰਾਂ ਦੀ ਆਜ਼ਾਦੀ ਜਿਹੜੀ ਆ ਉਹ ਬਹਾਲ ਰੱਖੀ ਜਾਏਗੀ ਸਾਡੇ ਦੇਸ਼ ਦੀ ਜਮਹੂਰੀਅਤ ਦਾ ਚੌਥਾ ਥੰਮ ਹੈ ਉਹ ਚੌਥੇ ਥੰਮ ਨੂੰ ਉਖਾੜਨ ਦੇ ਯਤਨ ਹੋ ਰਿਹਾ ਹੈ ਉਹਦੇ ਉੱਪਰ ਹਮਲੇ ਹੋ ਰਿਹਾ ਮਤਲਬ ਇਹਦੇ ਖਿਲਾਫ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਇੱਕ ਸਟੇਟ ਦੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਨਾ ਸਾਡੇ ਸੂਬੇ ਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਹਮਲੇ ਹੋਏ ਆ ਜਿਵੇਂ ਜਲਾਲਾਬਾਦ ਪੱਛਮੀ ਦੇ ਵਿੱਚ ਰੇਤ ਮਾਫੀਆ ਨੂੰ ਐਕਸਪੋਜ਼ ਕਰਨ ਦੇ ਪੱਤਰਕਾਰ ਗਏ ਸੀਗੇ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਉਹ ਮਾਮਲਾ ਭਾਵੇਂ ਹੱਲ ਹੋ ਗਿਆ ਹਮਲਾ ਤਾਂ ਆਪਣੀ ਤਰ੍ਹਾਂ ਦੇ ਸਟੈਂਡ ਕਰਦਾ ਨਾ ਵੀ ਹਮਲਾ ਕੀਤਾ ਗਿਆ ਸੀਗਾ ਐਵੇਂ ਤਲਗਾਨਾ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਪਿਛਲੇ 4 ਸਾਲਾਂ ਦੇ ਵਿੱਚ ਉੱਥੇ 218 ਪੱਤਰਕਾਰਾਂ ਦੀ ਮੌਤ ਹੋਈ ਇੰਨਾ ਪ੍ਰੈਸ਼ਰ ਜਿਹੜਾ ਸਾਡੇ ਪੱਤਰਕਾਰੀ ਫੀਲਡ ਦੇ ਵਿੱਚ ਵਧਦਾ ਜਾ ਰਿਹਾ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਦੇ ਲਈ ਸੇਫਟੀ ਨਿਯਮ ਬਣਨੇ ਚਾਹੀਦੇ ਜੇ ਕਿਸੇ ਪੱਤਰਕਾਰ ਦੇ ਉੱਪਰ ਹਮਲਾ ਹੁੰਦਾ ਉਹਦੇ ਲਈ ਅਸੀਂ ਕਾਫੀ ਦੇਰ ਤੋਂ ਮੰਗ ਕਰਦੇ ਆ ਰਹੇ ਹਾਂ ਵੀ ਕੋਈ ਸੇਫਟੀ ਐਕਟ ਬਣਨਾ ਚਾਹੀਦਾ ਜਰਨਲਿਸਟ ਸੁਰੱਖਿਆ ਐਕਟ ਬਣਨਾ ਚਾਹੀਦਾ ਇਹ ਸਰਕਾਰ ਪਿਛਲੇ ਸਮੇਂ ਤੋਂ ਵਿਚਾਰ ਕਰਦੀ ਆ ਅੱਗੇ ਗੱਲ ਤੁਰ ਤੁਰ ਨਹੀਂ ਰਹੀ ਇਸ ਇਹਦੇ ਵਿੱਚ ਅੱਜ ਜਿਹੜਾ ਪ੍ਰੋਟੈਸਟ ਹੈ ਇਹ ਇਕੱਲਾ ਚੰਡੀਗੜ੍ਹ ਨਹੀਂ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਇੱਕ ਮੁੱਖ ਏਜੰਡਾ ਵੀ ਪੱਤਰ ਮੀਡੀਆ ਦੀ ਆਜ਼ਾਦੀ ਉੱਪਰ ਹਮਲੇ ਬੰਦ ਕੀਤੇ ਜਾਣ ਇਹਨਾਂ ਨੂੰ ਜਿਹੜੇ ਵੀ ਹਮਲੇ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਅੱਜ ਦਾ ਸਾਡਾ ਮੁੱਖ ਮੁੱਦਾ ਸੀਗਾ ਉਹਦੇ ਨਾਲ ਸਾਡੀਆਂ ਹੋਰ ਮੰਗਾਂ ਜਿਹੜੀਆਂ ਹੈਗੀਆਂ ਇੱਕ ਗੱਲ ਹੈਗੀ ਪੂਰੇ ਦੇਸ਼ ਦੇ ਵਿੱਚ ਵੇਜ ਬੋਰਡ ਪਈ ਟੋਟਲ ਜਿਹੜਾ ਪਿਛਲਾ ਮਜੀਠੀਆ ਵੇਜ ਬੋਰਡ ਆ ਉਹ 27% ਦੀ ਲਾਗੂ ਹੈ ਅਸੀਂ ਇਹ ਮੰਗ ਕਰਦੇ ਆ ਨਾ ਵੀ ਪੂਰੇ ਦੇਸ਼ ਦੇ ਵਿੱਚ ਜਿਹੜਾ ਵੇਜ ਬੋਰਡ ਲਾਗੂ ਹੋਣਾ ਚਾਹੀਦਾ ਜਿੱਥੇ ਕੰਟਰੈਕਟ ਵੀ ਆ ਗਿਆ ਉੱਥੇ ਵੀ ਲਾਗੂ ਹੋਣਾ ਚਾਹੀਦਾ ਇਹ ਸਾਡੀ ਮੰਗ ਹੈ ਮੁੱਖ ਮੰਗ ਜਿਹੜੀ ਉਹ ਸਾਡੀ ਇਹ ਸੀਗੀ ਵੀ ਮੀਡੀਆ ਦੇ ਉੱਪਰ ਮੀਡੀਆ ਦੀ ਫ੍ਰੀडम ਦੇ ਉੱਪਰ ਹਮਲੇ ਬੰਦ ਹੋਣੇ ਚਾਹੀਦੇ ਇਹਨਾਂ ਨੇ ਗੱਲ ਕੀਤੀ ਕਿ ਬਹੁਤ ਸਾਰੇ ਅਜਿਹੇ ਪੱਤਰਕਾਰ ਸੀ ਜਿਨ੍ਹਾਂ ਨੂੰ ਆਵਾਜ਼ ਚੁੱਕਣ ਦੇ ਕਰਕੇ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਪਰ ਮੈਨੂੰ ਯਾਦ ਹੈ ਕਿ ਬਹੁਤ ਸਾਰੇ ਅਜਿਹੇ ਨੀਡਰ ਪੱਤਰਕਾਰ ਵੀ ਸੀਗੇ ਜਿਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਬਿਲਕੁਲ ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਹੜਾ ਇੰਡੀਆ ਦਾ ਜਰਨਲਿਸਟ ਆ ਉਹ ਹਮੇਸ਼ਾ ਅਟੈਕਸ ਦੇ ਖਿਲਾਫ ਹੁਣ ਤੱਕ ਲੜਦਾ ਆ ਤੇ ਅੱਗੇ ਵੀ ਲੜਦਾ ਰਹੇਗਾ ਐਸੀ ਕੋਈ ਗੱਲ ਨਹੀਂ ਹੈ ਇਹ ਅੱਜ ਦਾ ਜਿਹੜਾ ਸਾਡੀ ਇਕਤਾ ਇਹ ਇਸੇ ਗੱਲ ਨੂੰ ਦਰਸਾਉਂਦੀ ਆ ਵੀ ਜਿਹੋ ਜਿਹੇ ਵੀ ਕੋਈ ਹਮਲਾ ਹੋਏਗਾ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਜਦੋਂ ਤੱਕ ਸੇਫਟੀ ਐਕਟ ਨਹੀਂ ਬਣੇਗਾ ਅਸੀਂ ਸੰਘਰਸ਼ ਕਰਦੇ ਰਵਾਂਗੇ ਇਹ ਕਿਸੇ ਇੱਕ ਸੂਬੇ ਦਾ ਹਾਲ ਨਹੀਂ ਹੈ ਇਹ ਪੂਰੇ ਦੇਸ਼ ਦਾ ਹਾਲ ਹੋ ਚੁੱਕਾ ਹੈ ਕਿ ਜਦੋਂ ਵੀ ਕੋਈ ਆਵਾਜ਼ ਬੁਲੰਦ ਹੁੰਦੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਇਹਦਾ ਦੇ ਇਕੱਠ ਹੁੰਦੇ ਨੇ ਤਾਂ ਤੁਸੀਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਇਹ ਜਿਹੜੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਦਬਾਅ ਸਿਆ ਨਹੀਂ ਜਾਵੇਗਾ ਨਹੀਂ ਬਿਲਕੁਲ ਜੀ ਵੇਖੋ ਜਿਹੜੀਆਂ ਸਰਕਾਰਾਂ ਨੇ ਇਹਨਾਂ ਵੱਲੋਂ ਸਾਰੇ ਹਰ ਤਰੀਕਾ ਜਿਹੜਾ ਅਡਾਪਟ ਕੀਤਾ ਗਿਆ ਪਿਛਲੇ ਲੰਬੇ ਸਿਰੇ ਆਪਾਂ ਗੱਲ ਕਰੀਏ ਉਹਨਾਂ ਨੇ ਪਹਿਲਾਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪੱਤਰਕਾਰਾਂ ਨੂੰ ਖਰੀਦ ਦਿੰਦੀਆਂ ਜੇ ਪੱਤਰਕਾਰ ਖਰੀਦਿਆ ਨਹੀਂ ਜਾਂਦਾ ਫਿਰ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜੇ ਉਹ ਉਸ ਤੋਂ ਵੀ ਸਟੈਪ ਅੱਗੇ ਚਲੇ ਜਾਂਦਾ ਫਿਰ ਉਹਦੀ ਆਵਾਜ਼ ਦਬਾਉਣ ਲਈ ਜਿਵੇਂ ਅੱਜਕੱਲ ਮੀਡੀਆ ਹਾਊਸ ਜਿਵੇਂ ਉਹਨਾਂ ਦਾ ਪ੍ਰਾਈਵੇਟੇਸ਼ਨ ਹੋ ਗਿਆ ਵਾ ਐਡ ਦੇ ਕਰਕੇ ਜਾਂ ਦੂਸਰੀਆਂ ਗੱਲਾਂ ਕਰਕੇ ਉਹਦੋਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਜੇ ਕਿਸੇ ਬੰਦੇੋਂ ਵੀ ਪੱਤਰਕਾਰ ਜਿਹੜੀ ਆ ਆਪਣੀ ਜ਼ਮੀਰ ਨੂੰ ਨਹੀਂ ਮਾਰਦਾ ਉਹ ਆਪਣੀ ਆਵਾਜ਼ ਨੂੰ ਬੁਲੰਦ ਰੱਖਦਾ ਤੇ ਫਿਰ ਉਹਦਾ ਪਹਿਲਾਂ ਤੇ ਗੱਲ ਕਰਦੇ ਸੀ ਗਲਾ ਦਬਾਇਆ ਜਾਂਦਾ ਪਰ ਹੁਣ ਗਲਾ ਨਹੀਂ ਦਬਾਇਆ ਜਾ ਰਿਹਾ ਹੁਣ ਗਲੇ ਕੱਟੇ ਜਾ ਰਹੇ ਨੇ ਦੇਸ਼ ਦੇ ਵਿੱਚ ਹੁਣ ਸੈਂਕੜੇ ਮੌਤਾਂ ਹੋ ਚੁੱਕੀਆਂ ਨੇ ਪੱਤਰਕਾਰਾਂ ਤੇ ਹ ਤਰੇ ਜੋ ਵੇਖੋ ਦਿਨੋ ਦਿਨ ਵੱਧਦੀ ਜਾ ਰਹੀ ਆ ਸੈਂਟਰ ਦੀ ਜਿਹੜੀ ਸਰਕਾਰ ਆ ਹੁਣ ਬੀਜੇਪੀ ਦੀ ਸਰਕਾਰ ਆਈ ਆ ਇਹਨੇ ਪਿਛਲੇ ਸਮੇਂ ਤੋਂ ਕਿੰਨੇ ਵਕਫ ਵਕ ਜਿਹੜੇ ਸੂਬਿਆਂ ਉਹਦੇ ਵਿੱਚ ਹਮਲੇ ਕੀਤੇ ਨੇ ਸਰਕਾਰਾਂ ਦੇ ਉੱਪਰ ਇਸ ਕਰਕੇ ਇਹ ਜਿਹੜੇ ਸਰਕਾਰ ਨੇ ਹਮਲੇ ਕਰਾ ਕੇ ਪੱਤਰਕਾਰਾਂ ਨੂੰ ਦਬਾਉਣਾ ਚਾਹੁੰਦੀ ਆ ਪਰ ਇਹ ਪੱਤਰਕਾਰ ਆ ਜਿਹੜਾ ਭਾਈਚਾਰਾ ਵਾ ਇਹ ਕਿਸੇ ਦੀ ਆਵਾਜ਼ ਜਿਹੜੀ ਇਹਨਾਂ ਨੂੰ ਦਬਾ ਨਹੀਂ ਸਕਦੀ ਇਹ ਸਰਕਾਰਾਂ ਨੂੰ ਵੀ ਸਮਝਲਾਣਾ ਚਾਹੀਦਾ ਸਿਆਸਤਦਾਨਾਂ ਨੂੰ ਵੀ ਸਮਝਲਾਣਾ ਚਾਹੀਦਾ ਔਰ ਉਹ মিডিਆ ਹਾਊਸ ਜਿਹੜੇ ਸਰਕਾਰਾਂ ਦੇ ਅੱਗੇ ਗੋਡੇ ਟੇਕ ਚੁੱਕੇ ਨੇ ਜਿਨ੍ਹਾਂ ਨੇ ਆਪਣੀਆਂ ਜਮੀਰਾਂ ਜਿਹੜੀਆਂ ਨੇ ਉਹਨਾਂ ਨੂੰ ਗਿਰਵੀ ਰੱਖ ਦਿੱਤੀਆਂ ਨੇ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਪੱਤਰਕਾਰ ਜਿਹੜਾ ਵਾ ਇਹ ਇੱਕ ਲੋਕ ਹਿੱਤ ਦੀ ਗੱਲ ਕਰਨਾ ਵਾ ਲੋਕਾਂ ਦੀ ਆਵਾਜ਼ ਆ ਤੇ ਲੋਕਾਂ ਦੀ ਆਵਾਜ਼ ਮੇਰਾ ਕਹਿੰਦਾ ਭਾਵੇਂ ਕਦੀ ਵੀ ਲੋਕਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ ਇਹਦਾ ਇਤਿਹਾਸ ਗਵਾਵਾ ਹਿਸਟਰੀ ਗਵਾਵਾ ਕਿ ਕੋਈ ਆਵਾਜ਼ ਨਹੀਂ ਤੁਸੀਂ ਦਬਾ ਸਕਦੇ ਸਰਕਾਰਾਂ ਦੀ ਇਹ ਸੁਰੱਖਿਆ ਤੋਂ ਇਲਾਵਾ ਹੋਰ ਕਿਹੜੇ ਮੰਗਾਂ ਨੇ ਜਿਹੜੀਆਂ ਤੁਸੀਂ ਸਰਕਾਰ ਦੇ ਕੋਲੋਂ ਆਪਣੀਆਂ ਮਨਵਾਉਣਾ ਚਾਹ ਰਹੇ ਦੇਖੋ ਅੱਜ ਜਿਹੜੀ ਸਭ ਤੋਂ ਪਹਿਲੀ ਕਰੰਟ ਜਿਹੜਾ ਇਸ਼ੂ ਚੱਲ ਰਿਹਾ ਉਹ ਤੇ ਇਹ ਪੱਤਰਕਾਰਾਂ ਦੀ ਸੁਰੱਖਿਆ ਕਿਉਂਕਿ ਸਭ ਤੋਂ ਵੱਡੀ ਮੰਗ ਹੈ ਕਿ ਮੰਗ ਕੀ ਹੁੰਦੀ ਹੈ ਮੰਗ ਉਦੋਂ ਤੱਕ ਆ ਜੇ ਤੁਸੀਂ ਬੰਦਾ ਜਿੰਦਾ ਹੋ ਜੇ ਤੁਸੀਂ ਪੱਤਰਕਾਰ ਆਪਣੇ ਕਾਲੀ ਜਿੰਦੇ ਆਓ ਤੇ ਤਾਂ ਹੀ ਤੁਹਾਡੀ ਮੰਗ ਹੈ ਨਾ ਜੇ ਤੁਹਾਨੂੰ ਖਤਮ ਹੀ ਕਰ ਦਿੱਤਾ ਜਾਉ ਜੇ ਤੁਹਾਨੂੰ ਮਾਰ ਹੀ ਦਿੱਤਾ ਜਾਂਦਾ ਤੇ ਮੰਗਾ ਤੇ ਪਿੱਛੇ ਚਲ ਗੀਆਂ ਇਸ ਕਰਕੇ ਸਭ ਤੋਂ ਵੱਡੀ ਮੰਗ ਤੇ ਇਹ ਆ ਕਿ ਪੱਤਰਕਾਰਾਂ ਤੇ ਹਮਲੇ ਬੰਦ ਕੀਤੇ ਜਾਣ ਉਹਨਾਂ ਦੇ ਉੱਤੇ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਕਿਸੇ ਨਾ ਕਿਸੇ ਰੂਪ ਚਾਹੇ ਉਹ ਸਿਆਸੀ ਰੂਪ ਦੇ ਵਿੱਚ ਆ ਚਾਹੇ ਉਹ ਕਿਸੇ ਰੂਪ ਦੇ ਵਿੱਚ ਆ ਉਹਨੂੰ ਜਿਹੜਾ ਵਾ ਉਹ ਹਟਾਇਆ ਜਾਵੇ ਦੂਸਰਾ ਜਿਵੇਂ ਵੇਸ ਬੋਰਡ ਦੀ ਜੰਮੂ ਸਾਹਿਬ ਨੇ ਗੱਲ ਕੀਤੀ ਕਿ ਵੇਸ ਬੋਰਡ ਜਿਹੜਾ ਲਾਗੂ ਹੋਣਾ ਚਾਹੀਦਾ ਪੱਤਰਕਾਰਾਂ ਦੀ ਸੋਸ਼ਲ ਸਿਕਿਉਰਿ ਉਹ ਆਪਣੀ ਸਾਰੀ ਉਮਰ ਇਸ ਕੰਮ ਵਾਸਤੇ ਲਾਗ ਦਿੰਦਾ ਉਹ ਲੋਕ ਹਿੱਤ ਦੀ ਗੱਲ ਕਰਦਾ ਲੋਕ ਹਿੱਤਾਂ ਦੀ ਗੱਲ ਕਰਨ ਵਾਲਾ ਅੱਜ ਉਹਦੀ ਗੱਲ ਕੋਈ ਵੀ ਨਹੀਂ ਕਰਦਾ ਸਭ ਤੋਂ ਵੱਡੀ ਤਰਾਸਦੀ ਸਾਡੇ ਆ ਕਿ ਜਿਹੜਾ ਬੰਦਾ ਲੋਕ ਹਿੱਤਾਂ ਦੀ ਗੱਲ ਕਰਦਾ ਉਹਦੀ ਗੱਲ ਕਰਨ ਵਾਸਤੇ ਕੋਈ ਵੀ ਆਮ ਲੋਕ ਵੀ ਸਿਆਸਤਦਾਨ ਵੀ ਮੇਰੇ ਕੋ ਪੱਤਰਕਾਰ ਇੱਕ ਇਦਾਂ ਦੀ ਜਮਾਤ ਇਦਾਂ ਦੀ ਆ ਜਿਹੜਾ ਸਿਆਸਤਦਾਨ ਦੀ ਗੱਲ ਕਰਦਾ ਇੱਕ ਮਜ਼ਦੂਰ ਦੀ ਗੱਲ ਕਰਦਾ ਕਿਸਾਨ ਦੀ ਗੱਲ ਕਰਦਾ ਹਰ ਬੰਦੇ ਦੀ ਦੱਬੇ ਕੁਚਲੇ ਦੀ ਗੱਲ ਕਰਦਾ ਪਰ ਜਦੋਂ ਵੀ ਉਹਦੇ ਉੱਤੇ ਕੋਈ ਅਤਿਆਚਾਰ ਹੁੰਦਾ ਵਾ ਉਹਦੇ ਨਾਲ ਕੋਈ ਪਾਣਾ ਵਾਪਰਦਾ ਵਾ ਉਹਦੇ ਨਾਲ ਤੱਕਾ ਹੁੰਦਾ ਵਾ ਮੈਨੂੰ ਸ਼ਰਮਿੰਦਗੀਆਂ ਕਹਿਣਾ ਪੈਂਦਾ ਕਿ ਕੋਈ ਵੀ ਹਾ ਦਾ ਨਾਰਾ ਪੱਤਰਕਾਰ ਲਈ ਨਹੀਂ ਮਾਰਦਾ ਜਦੋਂ ਕਿ ਹਰ ਦੇ ਲਈ ਪੱਤਰਕਾਰ ਹਾ ਦਾ ਨਾਰਾ ਮਾਰਦਾ ਇਹ ਕਰਕੇ ਪੱਤਰਕਾਰਾਂ ਦੀਆਂ ਹੋਰ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਦੀਆਂ ਪੈਨਸ਼ਨ ਸਕੀਮ ਦੀ ਗੱਲ ਕੀਤੀ ਜਾ ਰਹੀ ਆ ਬੋਰਡ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਵੇਸ ਬੋਰਡ ਦੇ ਜਿਵੇਂ ਆ ਇਲੈਕਟ੍ਰੋਨਿਕ মিডিਆ ਆ ਗਿਆ ਹੁਣ ਵੇਸ ਬੋਰਡ ਜਿਹੜਾ ਬਣਿਆ ਸੀ ਉਹ ਪ੍ਰਿੰਟ মিডিਆ ਵਾਸਤੇ ਕਿਉਂਕਿ ਜਦੋਂ ਦਾ ਵੇਸ ਬੋਰਡ ਬਣਿਆ ਸੀ ਸੌਰੀ ਪ੍ਰੈਸ ਕਾਉਂਸਲ ਆਫ ਇੰਡੀਆ ਬਣੀ ਸੀ ਉਦੋਂ ਇਹ ਨਹੀਂ ਸੀ ਇਲੈਕਟ੍ਰੋਨਿਕ মিডিਆ ਨਹੀਂ ਸੀ ਹੁਣ ਪ੍ਰੈਸ ਕੌਂਸਲ ਆਫ ਇੰਡੀਆ ਹੁਣ ਇਲੈਕਟ੍ਰੋਨਿਕ ਦਾ ਜ਼ਮਾਨਾ ਆ ਗਿਆ ਬਹੁਤ ਸਾਰੇ ਚੈਨਲ ਆ ਗਏ ਨੇ ਇਸ ਕਰਕੇ ਸਰਕਾਰ ਕੋ ਮੰਗ ਕੀਤੀ ਜਾ ਰਹੀ ਆ ਕਿ ਪ੍ਰੈਸ ਕੌਂਸਲ ਆਫ ਇੰਡੀਆ ਦੇ ਨਾਲ ਨਾਲ মিডিਆ ਕੌਂਸਲ ਬਣਾਈ ਜਾਵੇ ਜਿਹਦੇ ਵਿੱਚ ਸਾਰੇ ਆ ਸਕਣ ਸਾਰਿਆਂ ਦੀ ਸਿਕਿਉਰਿਟੀ ਬਰਾਬਰ ਦੀ ਹੈ ਜੇ ਪ੍ਰੈਸ ਕੌਂਸਲ ਦੇ ਨਾਲ ਭੇਦ ਭਾਵਨਾ ਕੀਤਾ ਜਾਂਦਾ ਹੈ ਜੇ ਵੇਜ ਬੋਰਡ ਅਸੀਂ ਕਹਿੰਦੇ ਆ ਕਿ ਜੇ ਪ੍ਰਿੰਟ মিডিਆ ਦੇ ਜਰਨਲਿਸਟ ਦੇ ਲਾਗੂ ਹੋਣਾ ਚਾਹੀਦਾ ਇਹੀ ਵੇਜ ਬੋਰਡ ਜਿਹੜਾ ਇਲੈਕਟ੍ਰੋਨਿਕ মিডিਆ ਦੇ ਜਿਹੜੇ ਹੈਗੇ ਆ ਉਹਨਾਂ ਦੇ ਉੱਪਰ ਵੀ ਲਾਗੂ ਹੋਣਾ ਚਾਹੀਦਾ ਤਾਂ ਜੋ ਉਹ ਵੀ ਉਨੀ ਗੱਲ ਕਰ ਰਹੇ ਜਿੰਨਾ ਇੱਕ ਪ੍ਰਿੰਟ মিডিਆ ਦਾ ਬੰਦਾ ਕਰ ਬਲਬੀਰ ਜੰਡੂ ਬਲਬੀਰ ਜੀ ਅੱਜ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ ਗਿਓ ਆਖਿਰਕਾਰ ਕਦੋਂ ਤੱਕ ਇਹ ਹਮਲੇ ਹੁੰਦੇ ਰਹਿਣਗੇ ਪੱਤਰਕਾਰ ਜਿਹੜਾ ਹੈ ਉਹ ਕਦੋਂ ਸੁਰੱਖਿਅਤ ਹੋਵੇਗਾ ਦੇਖੋ ਪੱਤਰਕਾਰ ਦੀ ਸੁਰੱਖਿਆ ਦਾ ਜਿਹੜਾ ਮਾਮਲਾ ਕਿਉਂਕਿ ਪੱਤਰਕਾਰ ਹਮੇਸ਼ਾ ਹੀ ਜੋ ਸਚਾਈ ਜਦੋਂ ਸਾਹਮਣੇ ਲਿਆਉਣ ਦਾ ਯਤਨ ਕਰਦਾ ਚਾਹੇ ਉਹ ਸਮਾਜ ਚ ਜੋ ਵੀ ਵਾਪਰ ਰਿਹਾ ਉਹਦੇ ਬਾਰੇ ਸੱਚ ਲਿਖਦਾ ਤਾਂ ਉਹਨੂੰ ਇਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਇਹ ਜ਼ਰੂਰ ਹੈ ਕਿ ਸਰਕਾਰਾਂ ਔਰ ਰਾਜ ਸਰਕਾਰਾਂ ਔਰ ਮਾਫੀਆ ਜਦੋਂ ਇਕੱਠਾ ਹੋ ਕੇ ਇਸ ਤਰ੍ਹਾਂ ਦੇ ਕੰਮ ਕਰਦਾ ਤਾਂ ਜ਼ਰੂਰ ਹੈ ਕਿ ਪੱਤਰਕਾਰਾਂ ਨੂੰ ਵੀ ਆਪਣੀ ਯੂਨਿਟੀ ਬਣਾ ਕੇ ਸੜਕਾਂ ਤੇ ਆਉਣਾ ਪੈਂਦਾ ਔਰ ਅੱਜ ਵੀ ਉਹੀ ਸਥਿਤੀ ਬਣੀ ਹੋਈ ਹੈ ਸਾਰੇ ਦੇਸ਼ ਦੇ ਅੰਦਰ ਕਿ ਮੀਡੀਆ ਦੇ ਉੱਤੇ ਫਰੀडम ਆਫ ਪ੍ਰੈਸ ਦੇ ਉੱਤੇ ਬੜੇ ਹਮਲੇ ਹੋਏ ਆ ਪਿਛਲੇ ਸਮੇਂ 'ਚ ਉਹਦੇ 'ਚ ਪੱਤਰਕਾਰਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ ਔਰ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ 'ਚ ਇਹੋ ਜੀ ਹਾਲਤ ਬਣੀ ਹੈ ਕਈ ਕਈ ਥਾਵਾਂ ਤੇ ਸਰਕਾਰਾਂ ਨੇ ਦਬਾਅ ਪਵਾ ਕੇ ਪੱਤਰਕਾਰਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਕਢਾਤਾ ਖਾਸ ਕਰਕੇ ਉਹ ਪੱਤਰਕਾਰ ਜਿਹੜੇ ਸਰਕਾਰ ਦੇ ਖਲਾਫ ਜਿਹੜੇ ਜਿਹੜਾ ਸਰਕਾਰ ਜੋ ਕੰਮ ਕਰ ਰਹੀ ਹੈ ਜਿਹੜੇ ਚੰਗੇ ਕੰਮ ਨਹੀਂ ਹੈ ਉਹਨਾਂ ਨੂੰ ਸਾਹਮਣੇ ਲਿਆਉਂਦੇ ਆ ਲੋਕਾਂ ਦੇ মিডিਆ ਦੇ ਵਿੱਚ ਉਜਾਗਰ ਕਰਦੇ ਆ ਪ੍ਰਗਟ ਕਰਦੇ ਆ ਜ਼ਾਹਰ ਕਰਦੇ ਆ ਤਾਂ ਉਹ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਚਾਹੇ ਉਹ ਮਾਈਨਿੰਗ ਮਾਫੀਆ ਹੋਵੇ ਚਾਹੇ ਕੋਈ ਸਰਕਾਰ ਹੋਵੇ ਚਾਹੇ ਰਾਜ ਸਰਕਾਰ ਹੋਵੇ ਚਾਹੇ ਭ੍ਰਿਸ਼ਟਾਚਾਰ ਜਿਹੜਾ ਰਾਜਸੀ ਨੇਤਾ ਨੇ ਹੈਗੇ ਉਹਨਾਂ ਦਾ ਜਦੋਂ ਭ੍ਰਿਸ਼ਟਾਚਾਰ ਸਾਹਮਣੇ ਲਿਆਉਂਦੇ ਆ ਤਾਂ ਉਦੋਂ ਵੀ ਉਹਨਾਂ ਨੂੰ ਇਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਐਸੇ ਕਰਕੇ ਪੱਤਰਕਾਰ ਭਾਈਚਾਰਾ ਜਦੋਂ ਵੀ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੇ ਆਰਡਰ ਆਉਂਦੇ ਆ ਬਿੱਲ ਆਉਂਦੇ ਆ ਸੈਂਸਰਸ਼ਿਪ ਲੱਗਦੀ ਆ ਤਾਂ ਇਕੱਠਾ ਹੋ ਕੇ ਉਸ ਦਾ ਵਿਰੋਧ ਕਰਦਾ ਤੇ ਹਮੇਸ਼ਾ ਹੀ ਸਰਕਾਰਾਂ ਨੂੰ ਇਸ ਤੋਂ ਪਿੱਛੇ ਹਟਣਾ ਪਿਆ ਚਾਹੇ ਉਹ ਐਮਰਜੈਂਸੀ ਸੈਂਸਰਸ਼ਿਪ ਦੀ ਗੱਲ ਸੀ ਚਾਹੇ ਉਸ ਤੋਂ ਬਾਅਦ ਪ੍ਰੈਸ ਬਿੱਲ ਆਏ ਉਹਨਾਂ ਦੀ ਗੱਲ ਸੀ ਚਾਹੇ ਇਸ ਵੇਲੇ ਜਦੋਂ ਪਿਛਲੇ ਦਿਨਾਂ ਜਿਹੜਾ ਜਿਹੜੇ ਬਕਾਇਦਾ ਸੂਚਨਾ ਦੇ ਪ੍ਰਸਾਰਣ ਮੰਤਰਾਲੇ ਨੇ ਜਿਹੜਾ ਇੱਕ ਆਰਡਰ ਕੀਤਾ ਸੀਗਾ ਪੱਤਰਕਾਰਾਂ ਦੇ ਉੱਤੇ ਪਾਬੰਦੀ ਲਾਉਣ ਦਾ ਉਹਨਾਂ ਦੀਆਂ ਰੈਗਨਿਸ਼ਨ ਖਤਮ ਕਰਨ ਦਾ ਕੁਝ ਸਮੇਂ ਵੀ ਪੱਤਰਕਾਰਾਂ ਨੇ ਜਦੋਂ ਯੂਨਿਟੀ ਦਿਖਾ ਕੇ ਇੱਕ ਮੋਟਾ ਆਪਣਾ ਪ੍ਰੋਟੈਸਟ ਜਾਰ ਕੀਤਾ ਤਾਂ ਸਰਕਾਰ ਨੂੰ ਉਹ ਆਰਡਰ ਵੀ ਵਾਪਸ ਲੈਣਾ ਪਿਆ ਸੋ ਅੱਜ ਇਸ ਕਰਕੇ ਸਭ ਤੋਂ ਵੱਡੀ ਲੋੜ ਹੈ ਕਿ ਜਿਹੜੀ ਜਰਨਲਿਸਟ ਹੈ ਉਹਨਾਂ ਦੀ ਇੱਕ ਯੂਨਿਟੀ ਹੋਣੀ ਚਾਹੀਦੀ ਹੈ ਤਾਂ ਹੀ ਉਹਨਾਂ ਦੀ ਸਭ ਤੋਂ ਜਿਹੜੀ ਵੱਡੀ ਪ੍ਰੋਟੈਕਸ਼ਨ ਹੈ ਵੱਡੀ ਜਿਹੜੀ ਪ੍ਰੋਟੈਕਸ਼ਨ ਛਤਰੀ ਹੈ ਉਹ ਉਹਨਾਂ ਦੀ ਆਪਣੀ ਯੂਨਿਟੀ ਆਪਣਾ ਏਕਤਾ ਜਿਹੜੀ ਹੋ ਸਕਦੀ ਹੈ ਇਹ ਠੀਕ ਹੈ ਕਿ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੀ ਪ੍ਰੋਟੈਕਸ਼ਨ ਐਕਟ ਬਣਨਾ ਚਾਹੀਦਾ ਹੈ ਕਿ ਜਿਹੜਾ ਵੀ ਜਰਨਲਿਸਟ ਆਪਣੀ ਪ੍ਰੋਫੈਸ਼ਨਲ ਡਿਊਟੀ ਕਰਦਾ ਹੈ ਉਹਦੇ ਤੇ ਜੋ ਇਸ ਤਰ੍ਹਾਂ ਦਾ ਕੋਈ ਹਮਲਾ ਹੁੰਦਾ ਹੈ ਤੇ ਉਹਦੇ ਲਈ ਸਪੈਸ਼ਲ ਜਿਹੜੇ ਲਾਅਜ਼ ਹੋਣੇ ਚਾਹੀਦੇ ਆ ਸਪੈਸ਼ਲ ਸਜ਼ਾਵਾਂ ਹੋਣੀਆਂ ਚਾਹੀਦੀਆਂ ਤਾਂ ਜੋ ਇੱਕ ਮਿਸਾਲੀ ਇਸ ਤਰ੍ਹਾਂ ਦਾ ਹੋਵੇ ਕਿ ਤਾਂ ਜੋ ਜਿਹੜੀ ਇੱਥੇ ਸਾਡੀ ਫਰੀडम ਆਫ ਪ੍ਰੈਸ ਹੈ ਉਹ ਕੈਮਰਾਵੇ ਔਰ ਮੀਡੀਆ ਆਜ਼ਾਦੀ ਨਾਲ ਕੰਮ ਕਰ ਸਕੇ 71 ਸਾਲ ਆਜ਼ਾਦੀ ਦੇ ਜੋ ਅਸੀਂ ਮਨਾ ਰਹੇ ਹਾਂ ਵੱਡੇ ਵੱਡੇ ਜਸ਼ਨ ਮਨਾਏ ਗਏ ਜਦੋਂ ਹੁਣ ਮਨਾਇਆ ਗਿਆ ਇੰਡੀਪੈਂਡੈਂਸ ਦੇ ਬਹੁਤ ਵੱਡੇ ਪੱਧਰ ਤੇ ਕਰੋੜਾਂ ਅਰਬਾਂ ਰੁਪਏ ਖਰਚ ਕੇ ਸਮਾਗਮ ਕੀਤੇ ਗਏ ਪਰ ਜ਼ਮੀਨੀ ਹਕੀਕਤ 'ਤੇ ਅਸੀਂ ਕਿੰਨੇ ਕਾ ਜ਼ਾਦਾ ਬਿਲਕੁਲ ਦੇਖੋ ਜਿਹੜਾ ਮੀਡੀਆ ਹੈਗਾ ਉਹਨੂੰ ਆਪਾਂ ਚੌਥਾ ਥੰਮ ਕਹਿੰਦੇ ਆ ਕਿ ਦੇਸ਼ ਦੀ ਆਜ਼ਾਦੀ ਦਾ ਜਾਨਕੀ ਇਹਦੇ ਵਿੱਚ ਚੌਥਾ ਥੰਮ ਮੰਨਿਆ ਜਾਂਦਾ ਹੁਣ ਚੌਥੇ ਥੰਮ ਦੇ ਵਿੱਚ ਇੰਨੀਆਂ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਕਿ ਆਪਣੇ ਹੱਕਾਂ ਦੇ ਜਿਹੜਾ ਲੋਕਾਂ ਦੇ ਹੱਕਾਂ ਲਈ ਲੜਦਾ ਸੀ ਅੱਜ ਉਹਨਾਂ ਨੂੰ ਆਪਣੇ ਹਾਂ ਇਹ ਖਾਸ ਕਰਕੇ ਉਦੋਂ ਮਾਹੌਲ ਬਣਿਆ ਜਦੋਂ ਸੈਂਟਰ ਦੇ ਵਿੱਚ ਹੁਣ ਮੋਦੀ ਸਰਕਾਰ ਆ ਗਈ ਆ ਉਹਨਾਂ ਨੇ ਜਿੱਥੇ ਦੇਸ਼ ਦੇ ਲੋਕਾਂ ਨੂੰ ਜਾਤ ਪਾਤ ਧਰਮ ਦੇ ਨਾਂ ਤੇ ਵੰਡਿਆ ਉੱਥੇ ਹੁਣ ਮੀਡੀਆ ਨੂੰ ਵੀ ਉਹਨਾਂ ਦਾ ਇੱਕ ਟਾਰਗੇਟ ਹੈਗਾ ਕਿ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ ਇਹ ਅਚਾਨਕ ਨਹੀਂ ਘਟਨਾਵਾਂ ਵਾਪਰ ਰਹੀਆਂ ਇਹ ਸਾਰਾ ਕੁਝ ਪਲਾਨਡ ਤਰੀਕੇ ਨਾਲ ਹੋ ਰਿਹਾ ਤਾਂ ਕਿ ਮੀਡੀਆ ਦੀ ਆਵਾਜ਼ ਨੂੰ ਜਿਹੜਾ ਉਹ ਖਤਮ ਕੀਤਾ ਜਾਵੇ ਜਦਕਿ ਇਹ ਤੁਸੀਂ ਦੇਖੋ ਜਿਹੜੀ ਇੱਕ ਲਿਸਟ ਜਾਰੀ ਹੁਣ ਹੋਈ ਆ ਉਹਦੇ ਵਿੱਚ ਜਿਹੜਾ ਇੰਡੀਆ ਦੇ ਵਿੱਚ ਫਰੀडम ਆਫ ਮੀਡੀਆ ਹੈਗਾ ਉਹ ਕਿਥੇ ਚਲ ਗਿਆ 100 ਤੋਂ ਵੀ 38ਵਾਂ ਨੰਬਰ ਜਿਹੜਾ ਇਹਦਾ ਆ ਗਿਆ ਇੱਥੋਂ ਹੀ ਪਤਾ ਲੱਗਦਾ ਜਾਂਦਾ ਵੀ ਦੁਨੀਆ ਦੇ ਵਿੱਚ ਕਿੰਨੇ ਜਿਹੜਾ ਸਭ ਤੋਂ ਵੱਡਾ ਲੋਕਤੰਤ ਤਾਂ ਹੀ ਕਹੋਂਦੇ ਆ ਪਰ ਮੀਡੀਆ ਨੂੰ ਜਿਆਦੀ ਹੈ ਨਹੀਂ ਇਹ ਇੱਕ ਵੱਡਾ ਸਵਾਲ ਹੈ ਜਦੋਂ ਮੀਡੀਆ ਦੀ ਜਿਆਦੀ ਨਹੀਂ ਹੋਊਗੀ ਤੇ ਸਮਝ ਲਓ ਤੁਹਾਡੀਆਂ ਤੁਹਾਡੇ ਹੋਰ ਅਧਿਕਾਰ ਉਹ ਵੀ ਖਤਰੇ ਚ ਪੈ ਗਏ ਜਿਹੜੇ ਲੋਕਾਂ ਦੀ ਆਵਾਜ਼ ਚੁੱਕਦੇ ਨੇ ਜਦੋਂ ਉਹਨਾਂ ਦੇ ਉੱਪਰ ਹੀ ਡਾਕੇ ਹੋਣੇ ਸ਼ੁਰੂ ਹੋ ਜਾਣਗੇ ਤੇ ਫਿਰ ਆਮ ਲੋਕਾਂ ਦਾ ਨਾਲ ਕੀ ਹਸ਼ਰ ਹੋਵੇਗਾ ਇਹ ਲੋਕਾਂ ਨੂੰ ਸਹਿਜੇ ਅੰਦਾਜ਼ਾ ਜਿਹੜਾ ਉਹ ਲਗਾ ਲੈਣਾ ਚਾਹੀਦਾ ਅੱਜ ਤੁਸੀਂ ਸੜਕਾਂ ਤੇ ਉਤਰੋ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਜਿਹੜਾ ਸੜਕਾਂ ਤੇ ਉਤਰ ਕੇ ਜਿਹੜਾ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਹਜੇ ਵੀ ਜੇਕਰ ਸਰਕਾਰ ਆਪਣੀ ਕੁੰਭ ਕਰਨੀ ਨੀਂਦ ਤੋਂ ਨਹੀਂ ਜਾਗਦੀ ਤਾਂ ਅੱਗੇ ਤੁਹਾਡਾ ਜਿਹੜਾ ਉਹ ਕੀ ਰੋਖ اختیار ਕਰੋਗੇ ਅਕਸਰ ਹੀ ਜਿਹੜਾ ਪੱਤਰਕਾਰਾਂ ਤੇ ਹਮਲੇ ਲਗਾਤਾਰ ਹੀ ਹੁੰਦੇ ਆਏ ਆ ਅਤੀਤ ਦੇ ਵਿੱਚ ਵੀ ਸਰਕਾਰਾਂ ਤੇ ਦੇਖੀਏ ਤਾਂ ਕੋਈ ਮੌਕਾ ਕੋਈ ਵਕਤ ਐਸਾ ਨਹੀਂ ਹੈ ਜਦੋਂ ਪੱਤਰਕਾਰਾਂ ਤੇ ਹਮਲੇ ਨਾ ਹੋਏ ਹੋਣ ਔਰ ਪੱਤਰਕਾਰਾਂ ਨੇ ਇਹਨਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਚਾਹੇ ਉਹ ਅਤਵਾਦ ਦਾ ਟਾਈਮ ਸੀ ਤੇ ਇੱਕ ਪਾਸੇ ਟੈਰਰਿਸਟ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਦੂਜੇ ਪਾਸੇ ਪੁਲਿਸ ਬਣਾਉਂਦੀ ਸੀ ਲੇਕਿਨ ਹੁਣੇ ਕ ਵਕਤ ਥੋੜਾ ਜਿਹਾ ਵੱਖਰਾ ਆ ਗਿਆ ਹੈ ਪੱਤਰਕਾਰ ਨੂੰ ਫਿਜ਼ੀਕਲੀ ਅਟੈਕ ਕਰਨ ਦੇ ਨਾਲ-ਨਾਲ ਉਹਨੂੰ ਫਾਈਨੈਂਸ਼ਲੀ ਤੌਰ ਤੇ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਡਾਇਰੈਕਟ ਅਟੈਕ ਪੱਤਰਕਾਰਾਂ ਦੇ ਨਾਲ-ਨਾਲ ਮਾਲਕਾਂ ਨੂੰ ਕਬਜ਼ੇ ਚ ਲੈ ਕੇ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਨੌਕਰੀਆਂ ਤੇ ਜਿਹੜੇ ਹ ਅਕਸਰ ਇਹ ਗਿਲਾ ਰਿਹਾ ਕਿ ਫਲਾਣੇ ਮਾਲਕ ਨੇ ਫਲਾਣੇ ਐਡੀਟਰ ਨੇ ਰਾਤ ਨੂੰ ਫੋਨ ਕਰਕੇ ਕਹਤਾ ਵੀ ਸਵੇਰੇ ਤੂੰ ਨਹੀਂ ਆਣਾ ਕਿਉਂਕਿ ਉਹ ਪੱਤਰਕਾਰ ਸਰਕਾਰ ਦੀਆਂ ਮਨਮਾਫ਼ਿਕ ਇੱਛਾਵਾਂ ਨੂੰ ਪੂਰਤੀ ਨਹੀਂ ਕਰਦਾ ਸੀ ਬਹੁਤ ਵਾਰ ਇਦਾਂ ਵੀ ਹੁੰਦਾ ਹੈ ਕਿ ਉੱਪਰੋਂ ਦਬਾਅ ਪੈਂਦਾ ਹੈ ਕਿ ਇਸ ਤਰੀਕੇ ਦੇ ਨਾਲ ਨਹੀਂ ਲਿਖਣਾ ਇਸ ਤਰੀਕੇ ਦੇ ਨਾਲ ਨਹੀਂ ਬੋਲਣਾ ਆਪਣੇ ਜੋ ਲਿਖਿਆ ਹੋਇਆ ਉਹਨੂੰ ਵੀ ਕਈ ਵਾਰ ਜਿਹੜਾ ਹੈ ਉਹ ਸਿਰਫ ਇਸ ਕਰਕੇ ਮਟਾਉਣਾ ਪੈਂਦਾ ਹੈ ਕਿਉਂਕਿ ਉੱਪਰੋਂ ਜੜੀ ਇਜਾਜ਼ਤ ਨਹੀਂ ਹੁੰਦੀ ਬਿਲਕੁਲ ਬਿਲਕੁਲ ਸਰਕਾਰਾਂ ਚਾਹੀ ਕੋਈ ਹੋਣਾ ਸੀ ਕਿਸੇ ਪਾਰਟੀ ਦੀ ਗੱਲ ਨੂੰ ਲਈਏ ਜਾਂ ਨਾ ਲਈਏ ਲੇਕਿਨ ਅਤੀਤਿਆਂ ਜਿੰਨੀਆਂ ਵੀ ਸਰਕਾਰਾਂ ਸੀ ਕਿਸੇ ਵੀ ਪਾਰਟੀ ਦੇ ਲਈ ਹੈ ਹਰ ਪਾਰਟੀ ਦਾ ਇਹ ਮੰਨਛਾ ਰਿਹਾ ਕਿ ਅਸੀਂ ਕਿਵੇਂ ਨਾ ਕਿਵੇਂ ਪੱਤਰਕਾਰੀਆਂ ਨੂੰ ਆਪਣੇ ਕਬਜੇ ਚ ਕਰੀਏ ਛਾਲ ਨਾਲ ਬਲ ਨਾਲ ਕਪਟ ਨਾਲ ਕਬਜਾ ਧਮਕੀਆਂ ਨਾਲ ਨੌਕਰੀ ਦੇ ਹਟਾਉਣ ਦੇ ਨਾਮ ਨਾਲ ਅੱਜ ਅੱਜ ਇਹੀ ਪ੍ਰੈਸ਼ਰ ਜਿਹੜਾ ਪੱਤਰਕਾਰਾਂ ਤੇ ਫਿਜ਼ੀਕਲ ਅਟੈਕ ਦੇ ਨਾਲ ਨਾਲ ਫਾਈਨੈਂਸ਼ੀਅਲ ਅਟੈਕ ਦਾ ਵੀ ਪੈ ਰਿਹਾ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਸੀਂ ਟੂਲ ਟੈਕਸ ਮਾਫ ਕਰੋ ਦੀ ਜਿਹੜੀ ਇੱਕ ਪੋਸਟਰ ਲੈ ਕੇ ਸਾਡੇ ਦਰਸ਼ਕਾਂ ਨੂੰ ਦੱਸੋ ਇਸ ਬਾਰੇ ਟੋਲ ਟੈਕਸ ਦੀ ਮੰਗ ਜਿਹੜੀ ਹੈ ਪੰਜਾਬ ਸਰਕਾਰ ਨੇ ਜਿਹੜੀ ਪੰਜਾਬ ਸਰਕਾਰ ਹੈ ਹੁਣ ਇਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਪਾਇਆ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਕਾਂਗਰਸ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਸੀ ਟੋਲ ਟੈਕਸ ਬੰਦ ਹੋਏਗਾ ਪੰਜਾਬ ਦੇ ਵਿੱਚ ਟੋਲ ਟੈਕਸ ਬੰਦ ਹੈ ਕੇਂਦਰ ਨੇ ਵੀ ਇਹੋ ਜਿਹੇ ਵੱਡੇ ਵਾਅਦੇ ਕੀਤੇ ਭਾਜਪਾ ਦੀ ਸਰਕਾਰ ਆਈ ਸੀ ਕੇਂਦਰ ਦੇ ਵਿੱਚ ਪਰ ਪੰਜਾਬ ਤੋਂ ਅਸੀਂ ਬਾਹਰ ਜਾਂਦੇ ਆ ਤਾਂ ਸਰ ਤੋਂ ਟੋਲ ਟੈਕਸ ਵਸੂਲਿਆ ਜਾਂਦਾ ਤੇ ਸਾਡੀ ਇਹ ਮੰਗ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬੰਦ ਹੈ ਜਰਨਲਿਸਟ ਦੇ ਲਈ ਕੁਝ ਜਗ੍ਹਾ ਬੰਦ ਆ ਕੁਝ ਜਗ੍ਹਾ ਅਜੇ ਵੀ ਲਿਆ ਜਾਂਦਾ ਅਸੀਂ ਹਰਿਆਣੇ ਜਾਂਦੇ ਆ ਹਿਮਾਚਲ ਜਾਂਦੇ ਆ ਤਾਂ ਸਾਡੇ ਜਿਹੜੇ ਪੱਤਰਕਾਰ ਭਾਈਚਾਰੇ ਦੇ ਮੈਂਬਰ ਹੈ ਉਹਨਾਂ ਤੋਂ ਟੋਲ ਟੈਕਸ ਵਸੂਲਿਆ ਜਾਂਦਾ ਮੈਂ ਆਪਣੇ ਕੰਮ ਲਈ ਜਾਓ ਚਾਹੇ ਆਪਣੇ ਕੰਮ ਲਈ ਜਾਓ ਚਾਹੇ ਅਸੀਂ ਆਪਣੇ ادارے ਦੇ ਕੰਮ ਲਈ ਚਾਹੇ ਰਿਪੋਰਟਿੰਗ ਲਈ ਜਾਂਦੇ ਆ ਤੇ ਸਾਨੂੰ ਟੋਲ ਟੈਕਸ ਤੋਂ ਜਿਹੜੀ ਮਾਫੀ ਦਿੱਤੀ ਜਾਵੇ ਇਹ ਵੀ ਸਾਡੀ ਇੱਕ ਮੰਗ ਦੇ ਵਿੱਚ ਸ਼ਾਮਲ ਹੈ ਪਰ ਸਭ ਤੋਂ ਵੱਡਾ ਮੁੱਦਾ ਅੱਜ মিডিਆ ਤੇ ਹਮਲੇ ਦਾ ਬਣ ਚੁੱਕਾ মিডিਏ ਤੇ ਜਿਹੜੇ ਹਮਲੇ ਹੋ ਰਹੇ ਆ ਉਹ ਅੱਜ ਨਹੀਂ ਆ ਕਿ ਅੱਜ ਹੀ ਸ਼ੁਰੂ ਹੋ ਗਏ ਆ ਜੱਦੀ ਪੱਤਰਕਾਰੀ ਦਾ ਯੁੱਗ ਜਦੋਂ ਸ਼ੁਰੂ ਹੋਇਆ ਉਦੋਂ ਤੋਂ ਹੀ ਮੀਡੀਆ ਤੇ ਹਮਲੇ ਹੋ ਰਹੇ ਨੇ ਪਰ ਜਦੋਂ ਦੀ 4 ਸਾਲ ਤੋਂ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਆਈ ਆ ਇਹਨਾਂ ਨੇ ਇੱਕ ਮੀਡੀਆ ਦਾ ਵੀ ਐਸਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਮੀਡੀਆ ਗਰੁੱਪ ਖਰੀਦਣ ਦੀ ਕੋਸ਼ਿਸ਼ ਕੀਤੀ ਆ ਮੀਡੀਆ ਦੇ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਆ ਜੇ ਨਹੀਂ ਵਿਕਦਾ ਤਾਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਜੇ ਨਹੀਂ ਦਬਦਾ ਤੋ ਉਹਨਾਂ ਨੂੰ ਮਾਰਨ ਤੱਕ ਦਾ ਵੀ ਜਿਹੜਾ ਇਹ ਸਿਲਸਿਲਾ ਜਾਰੀ ਹੋਇਆ ਪੱਤਰਕਾਰ ਦੀ ਆਵਾਜ਼ ਦੇ ਨਾਲ ਅੱਜ ਉਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਬੜੇ ਕੇਸ ਐਵੇਂ ਦੇ ਆਏ ਆ ਕਿ ਪਹਿਲਾਂ ਪੱਤਰਕਾਰ ਨੂੰ ਧਮਕਾਇਆ ਜਾਂਦਾ ਜੇ ਉਹ ਨਹੀਂ ਡਰਦਾ ਉਹਨਾਂ ਦੀ ਆਵਾਜ਼ ਨਹੀਂ ਉਹਨਾਂ ਦੀ ਵੀਕ ਪੁਆਇੰਟ ਨੂੰ ਲੱਭਿਆ ਜਾਂਦਾ ਪਰਿਵਾਰਕ ਮੈਂਬਰਾਂ ਨੂੰ ਥ੍ਰੈਟ ਕੀਤਾ ਜਾਂਦਾ ਕਿਸੇ ਨਾ ਕਿਸੇ ਝੂਠੇ ਕੇਸ 'ਚ ਜਾਂ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਫਸਾਇਆ ਜਾਂਦਾ ਅਸੀਂ ਇਸੇ ਕਰਕੇ ਸਾਡਾ ਜਿਹੜਾ ਪੱਤਰਕਾਰ ਭਾਈਚਾਰਾ ਹੈ ਕਿ ਅਸੀਂ ਇੱਕ ਇੱਥੇ ਇਕੱਠੇ ਹੋਏ ਹਾਂ ਕਿ ਸਾਡੇ ਕੋਲੇ ਇੱਕੋ ਇੱਕ ਰਸਤਾ ਹੈ ਕਿ ਅਸੀਂ ਇਕੱਠੇ ਹੋ ਕੇ ਯੂਨੀਟੀ ਦੇ ਨਾਲ ਇਹਨਾਂ ਗੱਲਾਂ ਦਾ ਜਿਹੜਾ ਸਾਰਾ ਵਿਰੋਧ ਕਰੀਏ ਤੇ ਜਿਹੜੀ ਆਵਾਜ਼ ਆ ਇਹ ਸਰਕਾਰ ਤੱਕ ਪਹੁੰਚੇ ਅਤੇ ਜਦੋਂ ਤੱਕ ਉਹਨਾਂ ਦੀਆਂ ਇਹ ਜੀਆਂ ਨੀਤੀਆਂ ਜਾਰੀ ਰਹਿਣਗੀਆਂ ਸਾਡਾ ਵਿਰੋਧ ਵੀ ਜਾਰੀ ਰਹੇਗਾ ਨਾ ਅਸੀਂ ਦਬਾਂਗੇ ਨਾ ਵਿਕਾਂਗੇ ਤੇ ਨਾ ਉਹਨਾਂ ਤੋਂ ਕਦੇ ਡਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੈ ਸਿੰਘ ਸ਼ਿਪਰ ਜੀ ਜੈ ਸਿੰਘ ਜੀ ਕੀ ਲੱਗਦਾ ਹੈ ਕਿ ਜਿਦਾਂ ਜਿਦਾਂ ਸਮਾਂ ਅੱਗੇ ਵਧਦੀ ਜਾ ਰਿਹਾ ਹੈ ਉਸੇ ਤਰੀਕੇ ਨਾਲ ਤਕਨੀਕ ਅੱਗੇ ਵਧ ਰਹੀ ਹੈ ਤੇ ਹਮਲੇ ਵੀ ਜ਼ਿਆਦਾ ਹੋ ਰਹੇ ਨੇ ਬਿਲਕੁਲ ਦੇਖੋ ਜਿਹੜੀਆਂ ਸਮੇਂ ਦੀਆਂ ਸਰਕਾਰਾਂ ہیں ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਲੋਕਾਂ ਨੂੰ ਤਾਂ ਕੁਚਲ ਹੀ ਰਹੀਆਂ ਪਰ ਉਹਨਾਂ ਦਾ ਜਿਹੜਾ ਹੁਣ ਜਦੋਂ ਲੋਕਾਂ ਦੀ ਆਵਾਜ਼ ਹੈ ਜਿਹੜਾ ਮੀਡੀਆ ਬੇਖੌਫ ਹੋ ਕੇ ਨੀਡਰ ਹੋ ਕੇ ਫ੍ਰੀ ਮਤਲਬ ਮਿਸ਼ਨੇ ਦੀ ਤੌਰ ਤੇ ਇੱਕ ਜਿਹੜਾ ਪੱਤਰਕਾਰ ਆ ਸਮਾਜ ਦੀ ਸੇਵਾ ਕਰਦਾ ਆ ਰਿਹਾ ਹੈ ਹੁਣ ਜਿਹੜੇ ਹੁਕਮਰਾਨੋਂ ਨੇ ਇਹ ਦੇਖਿਆ ਵੀ ਜਿਹੜੀ ਸਾਡੀ ਟੱਕੇਸ਼ਾਹੀ ਆ ਜਾਂ ਸਾਡੀਆਂ ਜਿਹੜੀਆਂ ਨਲਾਕੀਆਂ ਜਾਂ ਜਿਹੜੇ ਉਹਨਾਂ ਨੇ ਮਤਲਬ ਘਟਾਲੇ ਕੀਤੇ ਆ ਜਦੋਂ ਪੱਤਰਕਾਰ ਉਜਾਗਰ ਕਰਦਾ ਤਾਂ ਉਹ ਕਹਿੰਦੇ ਵੀ ਉਹ ਲੋਕਾਂ ਤੱਕ ਨਾ ਜਾਵੇ ਤਾਂ ਉਹਨਾਂ ਨੇ ਇੱਕ ਸਿੱਧੇ ਰੂਪ ਦੇ ਵਿੱਚ ਹੁਣ ਪੱਤਰਕਾਰ ਨੂੰ ਦਬਾਉਣਾ ਮਤਲਬ ਸ਼ੁਰੂ ਕਰ ਦਿੱਤਾ ਇਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਪਰ ਜਿਹੜਾ 4 ਸਾਲ ਤੋਂ ਜਿਹੜਾ ਹੋਇਆ ਵਰਤਾਰਾ ਇਹ ਦੇਸ਼ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੋਇਆ ਕਿਉਂਕਿ ਇਹਦੇ ਵਿੱਚ ਇਕੱਲਾ ਪੱਤਰਕਾਰ ਨਹੀਂ ਹੀ ਨਹੀਂ ਹੁਣ ਦਬਾਇਆ ਜਾ ਰਿਹਾ ਮਾਰਿਆ ਜਾ ਰਿਹਾ ਹੁਣ ਜਿਹੜੇ ਉਹ ਪੂਰਾ ਇੱਕ ਹਾਊਸ ਆ ਚਾਹੇ ਉਹ ਅਖਬਾਰ ਦਾ ਮੈਨੇਜਮੈਂਟ ਹੋਵੇ ਜਾਂ ਚੈਨਲ ਦੀ ਮੈਨੇਜਮੈਂਟ ਹੋਵੇ ਉਹਦੇ ਪਰ ਹੁਣ ਦਬਾਇਆ ਬਣਾਇਆ ਜਾ ਰਿਹਾ ਕਿਉਂਕਿ ਜਦੋਂ ਪੂਰੀ ਇੱਕ ਅਖਬਾਰ ਦਾ ਜਾਂ মিডিਆ ਦਾ ਜਿਹੜਾ ਹਾਊਸ ਆ ਜਾਂ ਚੈਨਲ ਦਾ ਪੂਰਾ ਉਹਨੂੰ ਆਪਾਂ ਬੰਦ ਕਰ ਦੋਗੇ ਤਾਂ ਉਹਦੇ ਨਾਲ ਇੱਕ ਮਤਲਬ ਪੱਤਰਕਾਰ ਪ੍ਰਭਾਵਿਤ ਨਹੀਂ ਹੁੰਦਾ ਉਹਦੇ ਵਿੱਚ ਜਿੰਨੇ ਹੋਰ ਸਾਰੇ ਕੰਮ ਕਰਦੇ ਆ ਸੈਂਕੜੇ ਲੋਕ ਆ ਜਿਹੜੇ ਉਹ ਵੀ ਪ੍ਰਭਾਵਿਤ ਹੁੰਦੇ ਆ ਤਾਂ ਉਹਨੂੰ ਦਬਾਇਆ ਜਾਂਦਾ ਵੀ ਅਸੀਂ ਤੁਹਾਡੀ ਐਡ ਬੰਦ ਕਰ ਦਾਂਗੇ ਜਦੋਂ ਤੱਕ ਤੁਸੀਂ ਇਸ ਪੱਤਰਕਾਰ ਨੂੰ ਇਸ ਸਬ-ਐਡੀਟਰ ਨੂੰ ਜਾਂ ਇਸ ਐਡੀਟਰ ਨੂੰ ਬਾਹਰ ਦਾ ਦਸਤਾ ਨਹੀਂ ਦਿਖਾਇਆ ਜਾਂਦਾ ਇਦਾਂ ਹੀ ਪਿਛਲੇ ਕਈ ਮਤਲਬ ਜਿਹੜੇ ਸਾਲ ਆ ਉਹਨਾਂ ਤੋਂ ਹੋ ਰਿਹਾ ਹੁਣ ਜਿਹੜੀ ਤਾਜ਼ਾ ਘਟਨਾਵਾਂ ਤੁਸੀਂ ਦੇਖਿਆ ਆਪਾਂ ਇਸ ਚੈਨਲ ਦੇ ਵਿੱਚ ਉਹਨਾਂ ਚੈਨਲਾਂ ਦਾ ਨਾਮ ਨਹੀਂ ਲੈਣਾ ਚਾਹੁੰਦੇ ਪਰ ਤੁਹਾਨੂੰ ਤੁਸੀਂ ਖੁਦ ਜਾਣਦੇ ਆ ਕਿ ਪੱਤਰਕਾਰਾਂ ਨੂੰ ਕਿਵੇਂ ਕਰਾਂ ਤੋਂ ਬਾਹਰ ਕੱਢੇ ਜਾ ਰਿਹਾ ਕਿਉਂਕਿ ਇੱਕ ਪਾਸੇ ਤਾਂ ਪੱਤਰਕਾਰ ਨੂੰ ਮਾਰਿਆ ਜਾ ਰਿਹਾ ਦੂਜੇ ਪਾਸੇ ਮਾਰਨ ਦੇ ਨਾਲ-ਨਾਲ ਉਹਨਾਂ ਨੂੰ ਆਰਥਿਕ ਤੌਰ ਤੇ ਮਾਰਿਆ ਜਾ ਰਿਹਾ ਜਦੋਂ ਤੁਸੀਂ ਇੱਕ ਪੱਤਰਕਾਰ ਆ ਜਿਹੜਾ ਸੜਕ ਤੇ ਆ ਜਾਏਗਾ ਉਹ ਮਤਲਬ ਬੇਰੁਜ਼ਗਾਰ ਹੋਵੇਗਾ ਜਦ ਕੋ ਖਾਣ ਨੂੰ ਕੋਈ ਸਾਧ ਨਹੀਂ ਰਹੇਗਾ ਤਾਂ ਉਹਦੇ ਬੱਚੇ ਵੀ ਭੁੱਖੇ ਮਰਨਗੇ ਤਾਂ ਮਤਲਬ ਤੇ ਉਹ ਖੁਦ ਵੀ ਮਰੇਗਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਪੱਤਰਕਾਰ ਕੋਲ ਇੱਕ ਖੁਦਕਸ਼ੀ ਕਰਨ ਤੋਂ ਇਲਾਵਾ ਮਾਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚ ਜਾਂਦਾ 2014 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਪਿਛਲੀਆਂ ਰਿਪੋਰਟਾਂ ਆਈਆਂ ਕਿਉਂਕਿ ਅਸੀਂ ਨੈਸ਼ਨਲ ਯੂਨੀਅਨ ਆਫ ਜਰਨਲਿਸਟਸ ਨਾਲ ਜੁੜੇ ਹੋਏ ਆ ਉੱਥੇ ਤੇਲਗਾਨਾ ਯੂਨੀਅਨ ਆ ਉਹਨੇ ਸਾਨੂੰ ਇਹ ਦੱਸਿਆ ਵੀ 2014 ਤੋਂ ਲੈ ਕੇ 2018 ਤੱਕ 218 ਜਿਹੜੇ ਪੱਤਰਕਾਰ ਆ ਉਹ ਇੱਥੋਂ ਜਹਾਨ ਤੋਂ ਕੂਚ ਕਰ ਗਏ ਜੋ ਕਿ ਇੱਕ ਪੱਤਰਕਾਰਾਂ ਵਾਸਤੇ ਬਹੁਤ ਵੱਡੀ ਕਿ ਤਰਾਸਦੀ ਤੇ ਚਿੰਤਾ ਦਾ ਵਿਸ਼ਾ ਇਸ ਕਰਕੇ ਪੱਤਰਕਾਰ ਹਮੇਸ਼ਾ ਸਮਾਜ ਦੀ ਗੱਲ ਕਰਦਾ ਦਬੇ ਕੁਚਲੇ ਲੋਕਾਂ ਦੀ ਗੱਲ ਕਰਦਾ ਹੈ ਅਨਿਆਏ ਦੇ ਖਿਲਾਫ ਬੋਲਦਾ ਹੈ ਅੱਜ ਜਿਹੜਾ ਉਹੀ ਪੱਤਰਕਾਰ ਆ ਉਹੀ ਮੀਡੀਆ ਉਹਨੂੰ ਨਿਆਂ ਲੈਣ ਵਾਸਤੇ ਜਿਹੜਾ ਲੋਕਤੰਤਵ ਦਾ ਚੌਥਾ ਥੰਮ ਅੱਜ ਉਹਨੂੰ ਖੁਦ ਆਪਣਾ ਜਿਹੜੀ ਸੰਘਰਸ਼ ਕਰਨਾ ਪੈ ਰਿਹਾ ਆਪਣੀਆਂ ਪੀੜਾਂ ਜਿਹੜੀਆਂ ਉਹ ਲੋਕਾਂ ਨੂੰ ਦੱਸਣੀਆਂ ਪੈ ਰਹੀਆਂ ਕਿ ਪੱਤਰਕਾਰ ਆ ਜਿਹੜਾ ਖੁਦ ਆ ਜਿਹੜਾ ਇੱਕ ਬਹੁਤ ਹੀ ਪੀੜਾ ਸਹਿਣ ਕਰ ਰਿਹਾ ਥੋਡੀਆਂ ਸਪੀੜਾਂ ਨੂੰ ਸਮਝਾਉਂਦਾ ਸਮਝਾਉਂਦਾ ਸਮਾਜ ਪਚਾਉਂਦਾ ਹੋਇਆ ਸਰਕਾਰਾਂ ਤੱਕ ਪਹੁੰਚਾ ਰਿਹਾ ਹੈ ਅੱਜ ਉਹੀ ਪੱਤਰਕਾਰ ਆ ਜਿਹੜਾ ਖੁਦ ਪੀੜਾਂ ਦੇ ਵਿੱਚ ਗੁਜ਼ਰਨ ਨੂੰ ਮਜਬੂਰ ਆ ਇਸ ਕਰਕੇ ਸਾਡਾ ਅੱਜ ਜਿਹੜਾ ਨੈਸ਼ਨਲ ਪੱਧਰ ਤੇ ਜਿਹੜਾ ਇਹ ਰਾਸ਼ਟਰੀ ਪੱਧਰ ਤੇ ਧਰਨਾ ਜਿਹੜਾ ਅੱਜ ਦਿੱਤਾ ਗਿਆ ਸੀਗਾ ਤਾਂ ਕਿ ਜਿਹੜੀ ਸਮੇਂ ਦੀਆਂ ਸਰਕਾਰਾਂ ਆ ਉਹਨਾਂ ਨੂੰ ਜਗਾਇਆ ਜਾ ਸਕੇ ਆਪਣੀ ਗੱਲ ਆ ਉਹਨਾਂ ਤੱਕ ਪਹੁੰਚਾਈ ਜਾ ਸਕੇ ਇਸੇ ਕਰਕੇ ਅੱਜ ਸਭ ਤੋਂ ਪਹਿਲਾਂ ਜਿਹੜੀ ਮੰਗ ਆ ਉਹ ਪੱਤਰਕਾਰ ਦੀ ਸੁਰੱਖਿਆ ਦੀ ਮੰਗ ਆ ਜੇ ਪੱਤਰਕਾਰ ਸੁਰੱਖਤ ਰਹੂਗਾ ਤਾਂ ਦੇਸ਼ ਤੇ ਸਮਾਜ ਸਰਖਤ ਰਹੇਗਾ ਬਿਲਕੁਲ ਤੁਸੀਂ ਲੋਕਾਂ ਦੀ ਆਵਾਜ਼ ਚੁੱਕ ਦਿਓ ਕਿਸੇ ਦੇ ਨਾਲ ਵੀ ਜਦੋਂ ਕੋਈ ਅਨਿਆਇ ਹੁੰਦਾ ਹੈ ਜਦੋਂ ਕਿਸੇ ਦੇ ਨਾਲ ਨਾ ਇंसाफी ਹੁੰਦੀ ਹੈ ਤੁਸੀਂ ਚਾਹੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਫਿਰ ਸੜਕਾਂ ਤੇ ਉਤਰ ਕੇ ਜਾਂ ਆਪਣੀ ਕਲਮ ਦੇ ਨਾਲ ਜਿਹੜੀ ਆਵਾਜ਼ ਚੁੱਕ ਦਿਓ ਹੁਣ ਜਦੋਂ ਤੁਸੀਂ ਸੜਕਾਂ ਤੇ ਹੋ ਤੁਹਾਡੇ ਨਾਲ ਨਾ ਇंसाफी ਹੁੰਦੀ ਹੈ ਤੁਹਾਨੂੰ ਕਿੰਨਾ ਕੁ ਲੋਕਾਂ ਦਾ ਸਹਿਯੋਗ ਮਿਲਦਾ ਦੇਖੋ ਆਵਾਮ ਆਵਾਮ ਹਮੇਸ਼ਾ ਪੱਤਰਕਾਰਾਂ ਦੇ ਨਾਲ ਰਿਹਾ ਮੀਡੀਆ ਦੇ ਨਾਲ ਰਿਹਾ ਪਰ ਦਿੱਕਤ ਇਹ ਹੈ ਕਿ ਸਰਕਾਰਾਂ ਮੀਡੀਆ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੀਆਂ ਅੱਜ ਜੋ ਸਥਿਤੀ ਆ ਉਹ ਇਹੋ ਹੈ ਕਿ ਸਰਕਾਰੇ ਚਾਹੁੰਦੀ ਹੈ ਕਿ ਜਿਹੜੀ ਕਲਮ ਮੇਰੇ ਹੱਕ 'ਚ ਨਹੀਂ ਬੋਲਦੀ ਉਸ ਕਲਮ ਨੂੰ ਐ ਗੁਲਾਮ ਬਣਾ ਲਿਆ ਜੇ ਗੁਲਾਮ ਨਹੀਂ ਬਣਦੀ ਉਸ ਕਲਮ ਨੂੰ ਹੀ ਤੋੜ ਦਿਆਂ ਇਸ ਤੱਕ ਦੀ ਸਥਿਤੀ ਇਸ ਤੋਂ ਪਹਿਲਾਂ ਵੀ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਰਹੀਆਂ ਜਾਂ ਸੂਬਿਆਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਚਾਹਿਆ ਕਿ ਮੀਡੀਆ ਨੂੰ ਮੈਂ ਡਰਾ ਲਵਾਂ ਪਰਮਾਲਾਂ ਪਲੋਸ ਲਵਾਂ ਪਰ ਇਹ ਮੌਜੂਦਾ ਸਰਕਾਰ ਤੇ ਉਹਦੀਆਂ ਕੁਝ ਸੰਗੀ ਸੰਸਥਾਵਾਂ ਅਜਿਹੇ ਕਦਮ ਤੱਕ ਆ ਗਈਆਂ ਕਿ ਜੇ ਇਹ মিডিਆ ਸਾਡਾ ਗੁਲਾਮ ਨਹੀਂ ਬਣਦਾ ਤਾਂ ਅਸੀਂ ਇਸ ਦਾ ਮੂੰਹ ਬੰਦ ਕਰਾਂਗੇ ਮੂੰਹ ਬੰਦ ਕਰੇ ਤੇ ਚੁੱਪ ਨਹੀਂ ਕਰਦਾ ਜੀਬ ਤੱਕ ਕਟਾਂਗੇ ਜੀਬ ਕੱਟਣ ਦੇ ਵੀ ਦੀ ਚੀਕ ਜੇ ਬੰਦ ਨਹੀਂ ਹੁੰਦੀ ਤਾਂ ਗਲੇ ਕਟਾਂਗੇ ਪਰ ਅਸੀਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਦੇ ਹਾਂ ਕਿ মিডিਆ ਸੱਚ ਬੋਲਣਾ ਵੀ ਜਾਣਦਾ ਹੈ মিডিਆ ਸੱਚ ਲਿਖਣਾ ਵੀ ਜਾਣਦਾ ਤੇ ਸੱਚ ਕਹਿਣਾ ਵੀ ਜਾਣਦਾ ਹੈ ਇਹ ਸਰਕਾਰਾਂ ਤੋਂ ਡਰੇਗਾ ਨਹੀਂ ਇਹ ਝੁਕੇਗਾ ਨਹੀਂ ਹਾਂ ਸਾਨੂੰ ਡਰਾਉਣ ਦੀ ਸਾਨੂੰ ਖਰੀਦਣ ਦੀ ਸਾਨੂੰ ਮਾਰਨ ਦੀ ਕੋਸ਼ਿਸ਼ ਇਹ ਕੀਤੀ ਗਈ ਤਾਂ ਵੀ ਅਸੀਂ ਆਪਣੀ ਆਵਾਜ਼ ਉਠਾਵਾਂਗੇ ਆਬਾਮ ਹਮੇਸ਼ਾ ਲੋਕਾਂ ਦਾ ਨਾਲ ਰਿਹਾ ਮੀਡੀਆ ਦਾ ਸਾਥ ਦਿੱਤਾ ਪਰ ਸਰਕਾਰਾਂ ਚੰਦ ਅਦਾਰਿਆਂ ਨੂੰ ਆਪਣੇ ਗੁਲਾਮ ਸਮਝ ਕੇ ਸਮਝਦੀ ਹੈ ਕਿ ਸਾਰੀ ਮੀਡੀਆ ਨੂੰ ਮੈਂ ਗੁਲਾਮ ਬਣਾ ਲਾਂਗਾ ਮੀਡੀਆ ਗੁਲਾਮ ਨਹੀਂ ਬਣੇਗਾ ਅੱਜ ਚੰਡੀਗੜ੍ਹ ਤੋਂ ਆਵਾਜ਼ ਉੱਠੀ ਹੈ ਛੇਤੀ ਅਸੀਂ ਪੂਰੇ ਦੇਸ਼ ਦੀ ਇੱਕ ਵੱਡੀ ਕਾਨਫਰੰਸ ਹੈ ਜਿਹੜੀ ਅੰਮ੍ਰਿਤਸਰ ਕਰਨ ਜਾ ਰਹੇ ਹਾਂ 27 28 ਅਕਤੂਬਰ ਨੂੰ ਉਸ ਦੇ ਵਿੱਚ ਪੂਰੇ ਨੈਸ਼ਨਲ ਲੈਵਲ ਦੇ ਸੀ ਆਵਾਜ਼ ਚੁੱਕਾਂਗੇ ਤੇ ਸਰਕਾਰ ਤੱਕ ਆਵਾਜ਼ ਪਹੁੰਚਾਵਾਂਗੇ ਮੀਡੀਆ ਦੀ ਆਵਾਜ਼ ਤੁਸੀਂ ਰੋਕ ਨਹੀਂ ਸਕਦੇ ਬਿਲਕੁਲ ਯਾਨੀ ਕਿ ਕਿਤੇ ਨਾ ਕਿਤੇ ਜਿਹੜੇ ਉਹ ਚੰਦ ਅਦਾਰੇ ਨੇ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ ਉਹਨਾਂ ਦੇ ਕਰਕੇ ਜਿਹੜਾ ਇਹ ਉਹ ਬਾਕੀ ਅਦਾਰਿਆਂ ਨੂੰ ਵੀ ਜਲਾਏ ਉਹ ਸਾਰੀਆਂ ਹੀ ਜਿਹੜੀਆਂ ਉਤਰਾ ਤਣਾ ਕਿਤੇ ਤੁਸੀਂ ਵੀ ਇਹ ਚੀਜ਼ ਮੰਨਦੇ ਹੋ ਕਿ ਜਿਹੜੇ ਕੁਝ ادارے ਨੇ ਉਹ ਵਿਕ ਚੁੱਕੇ ਨੇ ਤੇ ਉਹਨਾਂ ਦੇ ਕਰਕੇ ਜਿਹੜਾ ਤੁਹਾਡੇ ਉੱਪਰ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਬਿਲਕੁਲ ਬਿਲਕੁਲ ਕੁਝ ادارے ਤਾਂ ਬਿਲਕੁਲ ਤੌਰ ਤੇ ਕੇਂਦਰ ਸਰਕਾਰ ਦੇ ਤੋਤੇ ਬਣ ਗਏ ਨੇ ਜਾਂ ਇਹ ਕਹਿ ਲਈਏ ਕਿ ਉਹਨਾਂ ਦੀ ਆਪਣੇ ਹੀ ਮੌਜੂਦਾ ਲੀਡਰਾਂ ਦੇ ਨੇ ਜਾਂ ਮੌਜੂਦਾ ਉਹਨਾਂ ਦੇ ਉਦਯੋਗਪਤੀਆਂ ਦੇ ਪੈਸਾ ਲੱਗਿਆ ਹੋਇਆ ਇਸ ਲਈ ਉਹਨਾਂ ਦੀ ਆਵਾਜ਼ ਬੋਲਦੇ ਨੇ ਉਹ ਮਜਬੂਰੀ ਆ ਉਹਨਾਂ ਦੀ ਜਾਂ ਫਿਰ ਨੌਕਰੀ ਤੋਂ ਜਾਣਗੇ ਇਸ ਲਈ ਉਹਨਾਂ ਦੇ ਸਹਾਰੇ ਉਹਨਾਂ ਨੂੰ ਲੱਗਦਾ ਕਿ ਜੇ ਚਾਰ ادارے ਸਾਡੇ ਨੇ ਤਾਂ ਜਿਹੜੇ 6 ਸਾਡੇ ਖਿਲਾਫ ਬੋਲ ਰਹੇ ਨੇ ਪਰ ਉਹ ਖਿਲਾਫ ਨਹੀਂ ਹੁੰਦੇ ਉਹ ਲੋਕਾਂ ਦੀ ਆਵਾਜ਼ ਹੁੰਦੇ ਨੇ ਪਰ ਸਰਕਾਰ ਨੂੰ ਲਗਦਾ ਕਿ ਸਾਡੇ ਖਿਲਾਫ ਨੇ ਇਸ ਲਈ ਉਹਨਾਂ ਨੂੰ ਆਪਣੇ ਨਾਲ ਜੋੜਨ ਲਈ ਉਹ ਡਰਾ ਰਹੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਸਾਰਾ ਮੀਡੀਆ ਕਦੇ ਉਹਨਾਂ ਦੇ ਹੱਥ ਚ ਆ ਸਕੇਗਾ ਜਿਹੜੇ ਚੰਦ ਲੋਕ ਨੇ ਉਹਨਾਂ ਨੂੰ ਵੀ ਕਦੇ ਸਮਝ ਆਏਗੀ ਉਹ ਵੀ ਸचेत ਹੋਣਗੇ ਮੀਡੀਆ ਆਜ਼ਾਦ ਰਿਹਾ ਆਜ਼ਾਦੀ ਰਹੇਗਾ ਇਸ ਗੱਲ ਕਰੀਏ ਗੋਰੀ ਲੰਕੇਸ਼ ਦੀ ਰਾਜਦੇਵ ਰੰਜਨ ਦੀ ਇਹਨਾਂ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਹੜੇ ਆਪਣੇ ਘਰੋਂ ਬਾਹਰ ਨਿਕਲੇ ਸੀ ਤੇ ਸ਼ਾਇਦ ਪਤਾ ਵੀ ਨਹੀਂ ਸੀਗਾ ਕਿ ਜਿਹੜਾ ਉਹ ਆਵਾਜ਼ ਚੁਕਣਾ ਇੰਨਾ ਭਾਰੀ ਪੈ ਜਾਵੇ ਯਾਨੀ ਕਿ ਸਿੱਧੇ ਸਿੱਧੇ ਤੌਰ ਤੇ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜੇਕਰ ਤੁਸੀਂ ਆਵਾਜ਼ ਚੁਕੋਗੇ ਤਾਂ ਤੁਹਾਡਾ ਹਸ਼ਰ ਜਿਹੜਾ ਇਹਨਾਂ ਵ ਨਹੀਂ ਡਰਦੇ ਤਾਂ ਉਹਨਾਂ ਨੂੰ ਮਾਰਾ ਲਿਆ ਜਾਵੇ ਅੱਜ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਡਰਾਉਂ ਤੱਕ ਹੀ ਗਈਆਂ ਸੀ ਮਰਾਉਣ ਤੱਕ ਨਹੀਂ ਪਰ ਹੁਣ ਸਰਕਾਰਾਂ ਦੇ ਚਹਿੱਤੇ ਮਾਰਨ ਤੱਕ ਜਾ ਰਹੇ ਨੇ ਉਹ ਕਿਸੇ ਦੇ ਨਾਂ ਤੇ ਵੀ ਹੋਵੇ ਆਮ ਲੋਕਾਂ ਨੂੰ ਜਿਵੇਂ ਘੇਰ ਕੇ ਮਾਰਿਆ ਜਾ ਰਿਹਾ ਇਹ ਭੀੜ ਨੂੰ ਜਿਹੜਾ ਉਕਸਾ ਕੇ ਮਾਰਿਆ ਜਾ ਰਿਹਾ ਉਸੇ ਦਾ ਹਿੱਸਾ ਹੁਣ ਮੀਡੀਆ ਨੂੰ ਵੀ ਬਣਾਇਆ ਜਾ ਰਿਹਾ ਕਿ ਉਹ ਸੋਚਦੇ ਕਿ ਮੀਡੀਆ ਨੂੰ ਵੀ ਡਰਾ ਲਾਂਗੇ ਪਰ ਫਿਰ ਫਿਰ ਮੈਂ ਤੁਹਾਡੇ ਤੁਹਾਡੀ ਇਸ ਮਾਦੀ ਉਪਰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਸੱਚੇ ਲੋਕ ਨੇ ਜਿਹੜੇ ਹਿੰਮਤੀ ਲੋਕ ਨੇ ਜਿਹੜੇ ਜ਼ਮੀਰ ਵਾਲੇ ਲੋਕ ਨੇ ਉਹ ਮੀਡੀਆ 'ਚ ਵੀ ਨੇ ਇਸ ਲਈ ਮੀਡੀਆ ਡਰੇਗਾ ਨਹੀਂ ਚੁਕੇਗਾ ਨਹੀਂ ਜਦੋਂ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਇਹ ਪੱਤਰਕਾਰ ਭਾਈਚਾਰਾ ਹੈ ਇਹ ਉਹ ਪੱਤਰਕਾਰ ਨੇ ਜਿਹੜੇ ਲੋਕਾਂ ਦੀ ਆਵਾਜ਼ ਚੁੱਕਦੇ ਨੇ ਪਰ ਆਪਣੀ ਆਵਾਜ਼ ਜਦੋਂ ਖੁਦ ਲਈ ਚੱਕਣ ਦੀ ਵਾਰੀ ਆਈ ਤਾਂ ਵੀ ਜਿਹੜਾ ਪਿੱਛੇ ਨਹੀਂ ਹਟੇ ਬੇਸ਼ੱਕ ਕਿਸੇ ਦਾ ਸਾਥ ਮਿਲੇ ਜਾਂ ਨਾ ਮਿਲੇ ਪਰ ਇਹਨਾਂ ਦੀ ਆਪਸੀ ਜਿਹੜਾ ਭਾਈਚਾਰਾ ਹੈ ਉਹ ਇੰਨਾ ਕਾਫੀ ਹੈ ਕਿ ਜਿਹੜੀ ਆਪਣੇ ਉੱਪਰ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਰਕਾਰ ਨੂੰ ਚੇਤਾਵਨੀ ਦੇ ਸਕਣ ਸਰਕਾਰ ਨੂੰ ਉਜਾਗਰ ਕਰ ਸਕਣ ਇੱਕ ਵਾਰ ਤਾਂ ਜਿਹੜਾ ਇਹ ਪਹਿਲਾਂ ਇਹਨਾਂ ਨੇ ਕਿਹਾ ਹੈ ਕਿ ਸੰਘਰਸ਼ ਕਰਕੇ ਜਿਹੜਾ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਜੇਕਰ ਸਰਕਾਰ ਦੀਆਂ ਇਹ ਪੱਤਰਕਾਰ ਮਾਰੂ ਨੀਤੀਆਂ ਇਸੇ ਤਰ੍ਹਾਂ ਜਾਰ ਜਿਲ੍ਹੇ ਉਹ ਹੋਰ ਵੀ ਤਿੱਖਾ ਕੀਤਾ ਜਾਵੇਗਾ ਆਰ ਪਾਰ ਦੀ ਲੜਾਈ ਕੀਤੀ ਜਾਵੇਗੀ ਸੋ ਫਿਲਹਾਲ ਦੇਖਣਾ ਹੋਵੇਗਾ ਕਿ ਇਹਨਾਂ ਸੰਘਰਸ਼ਾਂ ਦੇ ਬਾਵਜੂਦ ਵੀ ਸਰਕਾਰ ਜਿਹੜੀ ਹੈ ਉਹ ਕੁੰਭ ਕਰਨੀ ਨੀਂਦ ਤੋਂ ਜਾਗਦੀ ਹੈ ਜਾਂ ਫਿਰ ਪੱਤਰਕਾਰਾਂ ਦੀ ਆਜ਼ਾਦੀ ਤੇ ਇਸੇ ਤਰ੍ਹਾਂ ਹਮਲੇ ਹੁੰਦੇ ਰਹਿਣਗੇ ਅੱਜ ਦੇ ਪੰਜਾਬ ਬੋਲ ਦਾ ਦੇ ਵਿੱਚ ਇਹ ਨਹੀਂ ਕੱਲ ਫਿਰ ਹਾਜ਼ਰ ਹੋਵਾਂਗੇ ਲਵਾਂਗੇ ਇੱਕ ਨਵਾਂ ਵਿਸ਼ਾ ਫਿਲਹਾਲ ਮੈਨੂੰ ਯਾਨੀ ਅਮਰਿਤ ਵirdi ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ